ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੇ ਬੱਚੇ ਸਟਾਫ ਨਰਸ ਦਾ ਪੇਪਰ ਦੇ ਚੁੱਕੇ ਆ ਤੇ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਆ ਉਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਆ ਕਿ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਓ ਉਸ ਤੇ ਆਪਾਂ ਹਰ ਇੱਕ ਪੀਡੀਐਫ ਪ੍ਰੋਵਾਈਡ ਕਰਵਾਉਂਦੇ ਹਾਂ ਸੋ ਇਸ ਦੇ ਨਾਲ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਟਾਫ ਨਰਸਾ ਐਗਜ਼ਾਮ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਲਿਆ ਗਿਆ ਸੀ ਉਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਹੀ ਹੈ ਅ ਫਰਵਰੀ ਨੂੰ ਸੈਕੰਡ ਸ਼ੈਡਿਊਲ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਦਾ ਅਤੇ 400 ਰੈਂਕ ਤੱਕ ਬੱਚੇ ਅੱਜ ਜਾਣਗੇ 200 ਤੋਂ ਲੈ ਕੇ 400 ਰੈਂਕ ਤੱਕ ਬੱਚੇ ਅੱਜ ਜਾਣਗੇ ਸੋ ਲੈ ਕੇ ਚੱਲਦੇ ਆ ਤੁਹਾਨੂੰ ਆਫੀਸ਼ੀਅਲ ਲਿਸਟ ਦੇ ਉੱਤੇ ਤੇ ਦੱਸਦੇ ਹਾਂ ਜੀ ਕੰਪਲੀਟ ਇਨਫੋਰਮੇਸ਼ਨ ਕਿ ਕੱਲ 15 ਤਰੀਕ ਨੂੰ ਕਿੰਨੇ ਤੋਂ ਕਿੰਨੇ ਰੈਂਕ ਵਾਲੇ ਬੱਚਿਆਂ ਨੂੰ ਬੁਲਾਇਆ ਗਿਆ ਹੈ ਹਾਂ ਜੀ ਹਾਂਜੀ ਆ ਗਿਆਂ ਜੀ ਆਪਾਂ ਆਫੀਸ਼ੀਅਲ ਲਿਸਟ ਦੇ ਉੱਤੇ ਸੋ ਜਿਵੇਂ ਕਿ ਤੁਸੀਂ ਸੌਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ 400 ਨੰਬਰ ਤੱਕ ਨੇ ਇਹਨਾਂ ਨੂੰ ਆ ਦੇਖੋ 14 2 2022 14 ਤਰੀਕ ਨੂੰ ਬੁਲਾਇਆ ਗਿਆ ਹੈ ਤੇ ਲਾਸਟ ਮਾਰਕਸ ਜਿਹੜੇ ਸੌਰੀ ਜਿਹੜੇ ਲਾਸਟ ਮਾਰਕਸ ਆ ਉਹ 54 ਨੇ ਠੀਕ ਆ ਜੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ 15 ਤਰੀਕ ਨੂੰ ਜਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣਗੇ So, 15 ਤਰੀਕ ਨੂੰ 401 ਤੋਂ ਲੈ ਕੇ ਜੀ प्रदीप कौर ਆ ਠੀਕ ਹੈ ਜੀ 401 54 ਨੰਬਰ ਆ ਇਹਨਾਂ ਦੇ 401 ਤੋਂ ਲੈ ਕੇ ਆਪਾਂ نیچے ਦੇਖ ਲੈਨੇ ਆ ਜੀ 15 ਤਰੀਕ ਨੂੰ ਮੇਬੀ 600 ਤੱਕ ਬੱਚਾ ਜਾਊਗਾ ਕਿਉਂਕਿ 2-200 ਬੱਚੇ ਦਾ ਇਹਨਾਂ ਨੇ ਸ਼ਡਿਊਲ ਬਣਾਇਆ ਹੋਇਆ ਵਾ ਹਾਂਜੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜੀ 600 ਤੱਕ ਹਾਂਜੀ 600 ਤੱਕ ਆ ਦੇਖੋ 600 ਰੈਂਕ ਤੱਕ ਇਹਨਾਂ ਨੇ 15 ਤਰੀਕ ਨੂੰ ਸੱਧਿਆ ਤੇ ਲਾਸਟ ਨੰਬਰ ਹੈਗੇ ਆ ਜੀ 52 ਠੀਕ ਆ ਜੀ 52 ਨੰਬਰ ਪਾਉਂਦੇ ਆ ਜੀ ਇਹ ਅਮਨਦੀਪ ਕੌਰ ਆ 600 ਰੈਂਕ ਸੋ ਇਹਨਾਂ ਨੂੰ 15 ਤਰੀਕ ਮਤਲਬ ਬਈ 401 ਤੋਂ ਲੈ ਕੇ 600 ਤੱਕ ਜਿਹੜੇ ਬੱਚੇ ਇਸ ਰੈਂਕ ਦੇ ਵਿੱਚ ਆਉਂਦੇ ਆ ਤੇ ਜਿਨ੍ਹਾਂ ਦੇ ਨੰਬਰ 52 ਤੋਂ 54 ਨੇ ਉਹਨਾਂ ਨੂੰ 15 ਤਰੀਕ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਮੁਹਾਲੀ ਡੀਆਰਐਮਈ ਬੁਲਾਇਆ ਗਿਆ ਹੈ ਠੀਕ ਹੈ ਜੀ ਸੋ ਇਹ ਬੱਚੇ ਆਪਦੇ ਜਿਹੜੇ ਇਸ ਲਿਸਟ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਨਾਮ ਆ ਉਹ ਧਿਆਨ ਨਾਲ ਆਪਣੇ ਡਾਕੂਮੈਂਟ ਤਿਆਰ ਕਰਕੇ ਸੋ ਕੱਲ ਡਾਕੂਮੈਂਟ ਵੈਰੀਫਿਕੇਸ਼ਨ ਲਈ ਚਲੇ ਜਾਣ ਜੀ ਆਪਦਾ ਨਾਮ ਤੇ ਆਪਦਾ ਰੈਂਕ ਧਿਆਨ ਨਾਲ ਚੈੱਕ ਕਰ ਲੈਣ ਸੋ ਉਮੀਦ ਆ ਇਹ ਇਨਫੋਰਮੇਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਮਿਲਦੇ ਆ ਨਵੀਂ ਅਪਡੇਟ ਨਵੀਂ ਇਨਫੋਰਮੇਸ਼ਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਨਵੀਂ ਅਪਡੇਟ ਦੇ ਨਾਲ